अच्छा इस टाइम असं मौजूद हाँ महला समाधपुरा दे विच ते बंदा मीर दे जिहड़ा थिएटर वेखते रहे ने उन्हां नाल उन्हां दी फैमिली तों ही बिलोंग करदे ने ते मुहम्मद इकबाल इन्हां दा नाम ते इन्हां नूं पुछदे आ बंदा मीर कौन सीगे कित्थों आए सीगे की करदे सीगे ते किहड़े लोग उन्हां नूं सुणदे सीगे ते की नाटक उह करदे सीगे। इन्हां दा सुनना सुनाना यह होंदा सी कि देसी जबान दे लोग जिन्ने भी यानी कि जिला रोहतक होया जिला हिसार होया जां गुड़गांव होया यानी कि देसी जबान जिन्हों रंगड़ी जबान कहिंदे ने उस जबान दे लोग उन्हां नूं ज़्यादा पसंद करते सी। उन्हां दे जिहड़े पंजाबी दे जिवें नकलां होंदियां सी ते इधर भी इन्हां नूं सांग दे हवाले नाल कहिंदे सी यानी कि सांग करदे हुंदे सी। उन्हां नूं पंजाबी च नकलां कहिंदे साडी जबान च इहनूं सांगी कहिंदे सी ते उह सांगियां दे विच आण के रागनी वगैरह यानी कि रूपक दा कोमल दा इस किस्म दा यानी कि हीर दा रांझे दा सस्सी दा पुन्नू दा ये सांग करदे हुंदे सी जिवें कि हाँ शहजादी गजना इस किस्म दे यानी कि जितने भी यानी कि आशक लोग गुजरे हैं ना उन्होंने मुतलक ये सांग करदे हुंदे सी। उह सांग करके ना ते ये लोगों का एक दिल परचांदे सी दिल नूं खुश करदे सी इस तरह महसूस कराते हुंदे जिवें वाकई सामने हीर भी ते रांझा भी सारा सब कुछ फिर इस ਤੁਸੀਂ ਉਹਨਾਂ ਦੀ ਫੈਮਿਲੀ ਤੋਂ? ਹਾਂਜੀ ਉਹਨਾਂ ਦੀ ਫੈਮਿਲੀ ਤੋਂ ਉਹਨਾਂ ਦੀ ਬਰਾਦਰੀ 'ਚ ਉਹਨਾਂ ਦੀ ਕੌਮ ਦੇ ਵਿੱਚੋਂ ਅਸੀਂ ਹੈਗੇ ਕੀ ਤੁਹਾਡੀ ਫੈਮਿਲੀ? ਮੇਰੀ ਫੈਮਿਲੀ ਕੁਰੇਸ਼ੀ ਬਰਾਦਰੀ ਤੋਂ ਲੱਗੇ ਮੇਰਾ ਉਹਨਾਂ ਦਾ ਯਾਨੀ ਕਿ ਉਹ ਵੀ ਇਸੇ ਉਹ ਇਸੇ ਫੈਮਿਲੀ ਨਾਲ ਹੈ ਕੁਰੇਸ਼ੀ ਉਹਨਾਂ ਦਾ ਵੀ ਕੁਰੇਸ਼ੀ ਬਰਾਦਰੀ ਨਾਲ ਤਾਂ ਲੱਗੇ ਉਹਨਾਂ ਦੀ ਅਸਲ ਜੋ ਕਿ ਫੈਮਿਲੀ ਉਹਨਾਂ ਦੀ ਬੈਠੀ ਹੋਈ ਹੈ ਮੁਲਤਾਨ ਮੈਮ ਦਾ ਇਲਾਕਾ ਉਹਨਾਂ ਦਾ ਇਲਾਕਾ ਇੰਡੀਆ ਦੇ ਵਿੱਚ ਉਹਨਾਂ ਦਾ ਮੈਮ ਦਾ ਇਲਾਕਾ ਮੈਮ ਯਾਨੀ ਕਿ ਇੱਕ ਮਹਿਮ ਦਾ ਇਲਾਕਾ ਜਿਸ ਤਰ੍ਹਾਂ ਕਿ ਆਪਣਾ ਉਕਾੜਾ ਸਮੰਦਪੁਰਾ ਜਾਂ ਇਸ ਤਰ੍ਹਾਂ ਕਿ ਇੱਕ ਸ਼ਹਿਰ ਹੁੰਦੇ ਨੇ ਇਹ ਵਹਿਮ ਯਾਨੀ ਕਿ ਉਸ ਇਲਾਕੇ ਦੇ ਮਹਿਮ ਦੇ ਇਲਾਕੇ 'ਚ ਰਹਿਣ ਵਾਲੇ ਨੇ ਸਹੀ ਸਹੀ ਅਤੇ ਉਹਨਾਂ ਦੀ ਗੋਤ ਦਾ ਨਹੀਂ ਹਲੇ ਤੱਕ ਯਾਨੀ ਗੋਤ ਉਹਨਾਂ ਦੀ ਕੀ ਗੱਲ ਬਣਿਆ ਕੁਝ ਜ਼ਿਹਨ 'ਚ ਗੋਤ ਦੇ ਬਾਰੇ 'ਚ ਮਹਿਮੀਆਂ ਤਾਂ ਗਾਮ ਹੋ ਗਿਆ ਨਾ ਜੀ ਉਹਨਾਂ ਦਾ ਗੋਤ ਗੋਤ ਦੇ ਮੁਤਲਕ ਕੋਈ ਮਹਿਸੂਸ ਨਹੀਂ ਹੋਇਆ ਬਹਰਹਾਲ ਮੈਂ ਇਹਨਾਂ ਦੇ ਕਈ ਇਹਨਾਂ ਦੇ ਮਾਹੌਲ ਇਹੋ ਜਿਹੇ ਇਹੋ ਜਿਹੇ ਲੋਕ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਸੀਗੇ ਬਹੁਤ ਅੱਛੇ ਯਾਨੀ ਕਿ ਇਬਰਤ ਹਾਸਲ ਕਰਦੇ ਹੁੰਦੇ ਸੀ ਉਹਨਾਂ ਨੂੰ ਉਹਨਾਂ ਦੇ ਬਾਰੇ 'ਚ ਕੋਈ ਉਹਨਾਂ ਦੀ ਫਨਕਾਰੀ ਦੇ ਵਿੱਚ ਇੱਕ ਨਸੀਹਤ ਹੁੰਦੀ ਹੈ ਨਸੀਹਤ ਇੱਕ ਪੈਦਾ ਕਰਦੇ ਸੀ ਇਹ ਜਿੰਨੇ ਵੀ ਲੋਕ ਨੇ ਮੇਰੇ ਖਿਆਲ ਛੋਟੇ ਛੋਟੇ ਬੱਚਿਆਂ ਨੇ ਵੀ ਦੇਖਿਆ ਅਸੀਂ ਵੀ ਦੇਖਿਆ ਬਜ਼ੁਰਗਾਂ ਨੇ ਦੇਖਿਆ ਤਕਰੀਬਨ ਮੇਰੀ 50 ਸਾਲ ਦੀ ਉਮਰ ਕਿੰਨੇ ਕੁ ਲੋਕ ਉਹਨਾਂ ਦੇ ਨਾਲ ਨਾਟਕ ਵਿੱਚ ਸ਼ਾਮਲ ਹੁੰਦੇ ਸੀ ਨਾਟਕ ਦੇ ਵਿੱਚ ਉਹਨਾਂ ਨਾਲ ਪਹਿਲੇ ਨੰਬਰ ਤੇ ਇੱਕ ਵਾਜੇ ਵਾਲਾ ਹੁੰਦਾ ਅੱਛਾ ਦੂਸਰਾ ਇੱਕ ਚਿਮਟੇ ਵਾਲਾ ਹੁੰਦਾ ਯਾਨੀ ਕਿ ਜਿਹਨੂੰ ਛੋਟਾ ਇੱਕ ਮਜ਼ਾਕੀਆ ਤੌਰ ਤੇ ਕਹਿ ਦਿੰਦੇ ਨੇ ਆਪਾਂ ਪੰਜਾਬੀ ਜਿਹਨਾਂ ਚਲਾ ਮਜ਼ਾਕੀਆ ਇੱਕ ਉਹ ਹੁੰਦਾ ਚਿਮਟੇ ਵਾਲਾ ਉਹਦਾ ਭਰਾ ਹੀ ਹੁੰਦਾ ਹੁੰਦਾ ਸੀ ਤਕਰੀਬਨ ਉਹਦਾ ਮੇਰਾ ਨਾਮ ਸ਼ਬੀਰ ਉਹਦਾ ਨਾਮ ਸ਼ਾਰਟ 'ਚ ਦੱਸੀਏ ਤੇ 15 ਤੋਂ 16 ਦੱਸੋ ਨਾ ਤੁਸੀਂ ਕੌਣ ਹੋ ਇੱਕ ਇੱਕ ਵਾਜੇ ਵਾਲਾ ਹੋਇਆ ਢੋਲਕ ਵਾਲਾ ਹੋਇਆ ਚਿਮਟੇ ਵਾਲਾ ਹੋਇਆ ਇੱਕ ਯਾਨੀ ਕਿ ਛੋਟਾ ਜਿਹਾ ਯਾਨੀ ਕਿ ਮਜ਼ਾਕ ਜਿਹਾ ਹੁੰਦਾ ਵਾ ਫਿਰ ਉਹਦੇ ਨਾਲ 3-4 ਨੱਚਣ ਵਾਲੇ ਹੁੰਦੇ ਨੇ ਅਤੇ ਬਕਾਇਦਾ ਉਹ ਆਪ ਹੁੰਦਾ ਵਾ ਇੱਕ ਉਹਨਾਂ ਦੇ ਯਾਨੀ ਕਿ ਖਾਣਾ ਪਾਣਾ ਪਕਾਉਣ ਵਾਲਾ ਉਹ ਵੀ ਹੁੰਦਾ ਵਾ ਯਾਨੀ ਕਿ ਫਿਰ ਕੁਝ ਵੇਲਾਂ ਵੂਲਾਂ ਇਕੱਠੀ ਕਰਨ ਵਾਲੇ ਕੋਈ ਭਾਣ ਦੇਣ ਵਾਲੇ ਵੀ ਹੁੰਦੇ ਨੇ ਤਕਰੀਬਨ ਉਹਨਾਂ ਦੇ ਗੱਲ ਬਣ 12-13-14 ਬੰਦੇ ਘੱਟ ਤੋਂ ਘੱਟ ਦਸ ਬੰਦੇ ਹੁੰਦੇ ਨੇ ਅਤੇ ਵੱਧ ਤੋਂ ਵੱਧ ਯਾਨੀ ਕਿ 15 ਵੀ ਹੋ ਸਕਦੇ ਨੇ ਸਹੀ ਹੈ ਇਸ ਇਹਨਾਂ ਦਾ ਮਾਹੌਲ ਹੁੰਦਾ ਹੁੰਦਾ ਠੀਕ ਆ ਅਤੇ ਇਹ ਜਿਹੜਾ ਨਾਟਕ ਕਰਦੇ ਸੀਗੇ ਇਹ ਖੁੱਲ੍ਹਾ ਪਬਲਿਕ ਪਲੇਸਿਸ 'ਤੇ ਕਰਦੇ ਸੀ ਬਿਲਕੁਲ ਖੁੱਲ੍ਹਾ ਕੋਈ ਟਿਕਟ ਨਹੀਂ ਹੁੰਦੀ ਸੀ ਯਾਨੀ ਕਿ ਯਾ ਮੁਕਦਰੀਆ ਨਸੀਬ ਕੋਈ ਬੰਦਾ ਮਿਸਾਲ ਦੇ ਤੌਰ 'ਤੇ ਮੇਰੇ ਘਰ 'ਚ ਖੁਸ਼ੀ ਹੈ ਮੈਂ ਉਹਨਾਂ ਨੂੰ ਬੁੱਕ ਕਰ ਲਿਆ ਜਿਸ ਤਰ੍ਹਾਂ ਕਿ 8 ਸ਼ਲੋਕਾਂ ਨੂੰ ਲੋਕ ਬੁੱਕ ਕਰਦੇ ਨੇ ਉਹਨਾਂ ਨੂੰ ਬੁੱਕ ਕਰ ਲਿਆ ਸਾਡੀ ਆਪਣੀ ਜ਼ੁਬਾਨ ਦੇ ਲੋਕ ਸੀ ਦੇਸੀ ਲੋਕ ਸੀ ਉਹ ਜ਼ੁਬਾਨ ਦੇ ਉਹਨਾਂ ਨੂੰ ਅਸੀਂ ਬੁੱਕ ਕਰਦੇ ਹੁੰਦੇ ਸਾਂ ਉਹਨਾਂ ਦਾ ਬੁੱਕ ਦਾ ਖਰਚਾ ਹੀ ਹੁੰਦਾ ਸੀ ਆਏ ਰੋਟੀ ਪਾਣੀ ਦੇ ਦਿੱਤੇ ਅੱਛਾ ਖਾਣਾ ਪਾਣਾ ਜਿਸ ਤਰ੍ਹਾਂ ਕਿ ਮਹਿਮਾਨ ਨਵਾਜ਼ੀ ਕਰਦੇ ਹੁੰਦੇ ਸੀ ਹੋਰ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਸੀ ਬਕਾਇਆ ਤੋਂ ਵੇਲਾਂ ਜਿਹੜੀਆਂ ਹੋ ਜਾਣ 2000 ਹੋ ਜਾਏ ਉਸ ਦੌਰ 'ਚ 5000 ਹੋ ਜਾਏ 7000 ਹੋ ਜਾਏ ਉਹਨਾਂ ਦਾ ਮੁਕੱਦਰ ਉਹਨਾਂ ਦਾ ਨਸੀਬ ਠੀਕ ਹੋ ਗਿਆ ਅਤੇ ਬੰਦਾ ਮੀਰ ਜਿਹੜੇ ਨੇ ਉਹ ਕਦੋਂ ਫੋਤ ਹੋਏ ਕਿੱਥੇ ਉਹਨਾਂ ਦੀ ਕਬਰ ਆ ਉਹਨਾਂ ਦੀ ਕਬਰ ਮੁਲਤਾਨ ਹੈ ਮੁਲਤਾਨ ਸ਼ਹਿਰ ਵਿੱਚ ਮੁਲਤਾਨ ਸ਼ਹਿਰ 'ਚ ਗੁਲਾਮਾਬਾਦ ਇਲਾਕਾ ਵਾ ਅੱਛਾ ਉਹਦੇ ਨਾਲ ਹੀ ਇੱਕ ਪਾਈ ਪਾਕ ਮਾਈ ਦਰਬਾਰ ਹੈ ਅੱਛਾ ਉੱਥੇ ਉਹਨਾਂ ਦਾ ਕਬਰਸਤਾਨ ਗੱਲ ਬਣ ਉੱਥੇ ਉਹਨਾਂ ਦੀ ਕਬਰ ਹੈ ਗੱਲ ਕਬਰ ਆ ਅਤੇ ਉਹ ਗੁਲਾਮਾਬਾਦ ਛੋਟੇ ਸਟੇਸ਼ਨ ਤੋਂ ਉਰਲੀ ਸਾਈਡ 'ਤੇ ਵੱਡੇ ਸਟੇਸ਼ਨ ਤੋਂ ਸੈਂਟਰ 'ਚ ਇਲਾਕਾ ਹੁੰਦਾ ਲੱਕੜ ਮੰਡੀ ਫਾਟਕ ਵਾਲੀ ਸਾਈਡ ਤੋਂ ਯਾਨੀ ਕਿ ਉਹ ਇਲਾਕਾ ਲੱਗਦਾ ਗੁਲਾਮਾਬਾਦ ਹਾਂ ਟਿਮਰ ਮਾਰਕੀਟ ਨੂੰ ਲੱਕੜ ਮੰਡੀ ਫਾਟਕ ਦਾ ਜਿਹੜਾ ਹੈ ਨਾ ਏਰੀਆ ਉਹ ਏਰੀਆ ਲੱਗਦਾ ਗੁਲਾਮਾਬਾਦ ਦੇ ਏਰੀਆ ਦੇ ਵਿੱਚ ਉਹਨਾਂ ਦੇ ਸਾਹਿਬਜ਼ਾਦੇ ਨੇ ਮੁਹੰਮਦ ਇਕਬਾਲ ਮੁਨਸ਼ੀ ਅੱਛਾ ਕਿੰਨੇ ਪੁੱਤਰ ਨੇ ਉਹਨਾਂ ਦੇ ਮਾਸ਼ਾਅੱਲਾ ਅੱਛੇ ਉਹਨਾਂ ਦੇ ਐਜੂਕੇਟ ਉਹਨਾਂ ਦੇ ਇੱਕ ਲੜਕਾ ਸੀ ਐਜੂਕੇਟ ਉਹ ਵੀ ਫੌਤ ਹੋਇਆ ਅੱਛਾ ਹਾਂ ਮਤਲਬ ਅੱਲਾ ਨੇ ਅੱਛੇ ਯਾਨੀ ਕਿ ਪੜ੍ਹੇ ਲਿਖੇ ਸੀਗੇ ਬਹੁਤ ਅੱਛੀ ਫੈਮਿਲੀ ਸੁਲਝੀ ਯਾਨੀ ਕਿ ਪੜ੍ਹੀ ਲਿਖੀ ਬਾਸ਼ਹੂਰ ਅਕਲਮੰਦ ਅੱਛੀ ਫੈਮਿਲੀ ਅੱਛਾ ਕਿੰਨੇ ਉਹਨਾਂ ਦੀ ਔਲਾਦ ਸੀਗੀ ਕਿੰਨੇ ਧੀ ਸੀ ਕਿੰਨੇ ਪੁੱਤਰ ਉਹਦਾ ਇੱਕੋ ਹੀ ਮੇਰਾ ਖਿਆਲ ਇੱਕ ਪੁੱਤਰ ਸੀ ਤੇ ਇਕਬਾਲ ਤੇ ਇੱਕ ਉਹਦੀ ਧੀ ਹੈ ਅੱਛਾ ਮੈਮੀਆਂ ਦੀ
एक ही बेटी थी गल बन ये जो यहाँ ब्याह रखी उसका दमाद भी दमाद भी इतने ही है। अच्छा उन्हों की बेटी का ब्याह इतने होया समाधपुरे विच समाधपुरे च इतने ही घर है उन्हों का दमाद भी इतने बैठा। अच्छा अच्छा कहते तो मिलवा देने तुम गोद गूद सारा दस दे फिर बेटी जवाई भी है दोतरा दोतरी भी है इतने समाधपुरे बेटी तो अपने बाप के बारे सारा कुछ जानती होनी नहीं बेटी जरूर उन्होंने दमाद न मिल लवेंगे दमाद नही मिल लो भावे जो मिलना साल तो बाद बंदा अमीर की जरूरत जी है। देखो कि बंदा अमीर साड़ी तहकीक के मुताबिक ऐसा बंदा हैगा वा कि पाकिस्तान के रोहतक के हिसार के लोग जो उठ के आए थे ना उन्होंने वास्ते एक बहुत वड्डा बंदा सी उन्होंने सुनना एवें समझते जिमें अज तुम बहुत वड्डे आर्टिस्ट नूं अबरार उल हक नूं बुला रहे हो जवाद अहमद नूं बुला रहे हो जिस तरह के मेहंदी हसन ला लो मेहंदी हसन ला लो और या मैडम नूर जान रोहतक और हिसार की बहुत वड्डी तादाद च लोग उत्थों माइग्रेट करके हिजरत करके इत्थे पाकिस्तान आए सीगे और उकाड़े इत्थे समाधपुरा रिनाले बस्ती हजूर साहब है मुल्तान मुजफ्फरगढ़ खानेवाल इन्हां इलाकों में बैठे है तो ये जिहड़े ने वो बंदा मीर नूं सुनन वास्ते कहिंदे कि बंदा मीर एडा वड्डा बंदा सीगा कि उनके कोल ਫੰਕਸ਼ਨ ਬੁੱਕ ਹੁੰਦੇ ਸੀਗੇ ਪਹਿਲੇ ਬੁੱਕ ਹੁੰਦੇ ਸੀਗੇ ਟਾਈਮ ਹੀ ਨਹੀਂ ਹੁੰਦਾ ਟਾਈਮ ਹੀ ਨਹੀਂ ਹੁੰਦਾ ਸੀਗਾ ਇਸੇ ਤਰ੍ਹਾਂ ਤੇ ਉਹ ਬੰਦਾ ਅਮੀਰ ਜਿਹੜਾ ਨਾ ਉਹ ਦਬ ਗਿਆ ਲੋਕਾਂ ਤੁਹਾਡੇ ਫੈਮਿਲੀ 'ਚ ਦਬ ਗਿਆ ਲੋਕਾਂ 'ਚ ਦਬ ਗਿਆ ਉਹਨੂੰ ਇੱਕ ਤਾਰੀਖ ਦਾ ਹਿੱਸਾ ਬਣਾਉਣਾ ਚਾਹੁੰਦੇ ਲਿਖ ਕੇ ਇਸ ਲਈ ਤੁਹਾਡਾ ਇੱਕ ਤੁਸੀਂ ਇਸ ਕਰਕੇ ਲੈਣਾ ਚਾਹੁੰਦੇ ਜਿਸ ਤਰ੍ਹਾਂ ਕਿ ਕੋਈ ਆਰਟਿਸਟ ਪੁਰਾਣਾ ਆਰਟਿਸਟ ਹੈ ਤਾਰੀਖ ਦੇਣੀ ਚਾਹੁੰਦੇ ਤਾਰੀਖ ਦੇਣਾ ਜਿਸ ਤਰ੍ਹਾਂ ਕਿ ਪਠਾਣੇ ਖਾਂ ਆਲਮ ਲਵਾਰ ਹੈ ਉਹ ਬਾਹਰ ਕੱਢਣਾ ਚਾਹੁੰਦੇ ਆਲਮ ਲਵਾਰ ਹੈ ਪਠਾਣੇ ਖਾਂ ਹੈ ਟੀਵੀ ਤੇ ਡਾਕੂਮੈਂਟਰੀ ਬਣ ਜੇਗੀ ਕੋਈ ਨਾ ਕੋਈ ਕਿਸੇ ਨਾ ਕਿਸੇ ਕਿਤਾਬ ਵਿੱਚ ਆ ਜਾਏਗਾ ਆ ਉਹਦਾ ਯਾਨੀ ਕਿ ਇੱਕ ਨਾਮ ਪੈਦਾ ਹੋ ਜਾਏਗਾ ਉਹਦੇ ਚ ਨਾ ਸਾਡਾ ਫਾਇਦਾ ਹੈਗਾ ਨਾ ਕਿਸੇ ਦਾ ਲੇਕਿਨ ਇਹ ਕਹਿ ਕੇ ਬੰਦਾ ਜਿਹੜਾ ਹੈ ਉੱਪਰ ਆ ਜਾਏਗਾ ਜੋ ਉਹ ਓਪਨ ਹੋ ਜਾਏਗਾ ਉਹਦਾ ਫਾਇਦਾ ਹੁੰਦਾ ਕਿਉਂਕਿ ਲੋਕ ਡਰਦੇ ਵੀ ਹੈ ਨਾ ਜਿਸ ਤਰ੍ਹਾਂ ਕਿ ਤੁਸੀਂ ਰਿਕਾਰਡ ਕਰ ਰਹੇ ਹੋ ਜਾਂ ਕਰਵਾ ਰਹੇ ਹੋ ਸੁਣਵਾ ਨਹੀਂ ਮਾਹੌਲ ਇੱਕ ਬਣਿਆ ਉਹ ਕਹਿੰਦਾ ਯਾਰ ਅਸੀਂ ਤਾਂ ਚੰਦ ਨਹੀਂ ਸੀ ਇਹ ਤੁਸੀਂ ਕਿਉਂ ਕਰ ਦਿੱਤਾ ਐਸਾ ਕਿਉਂ ਹੋਇਆ ਕੀ ਕੀਤਾ ਮੈਂ ਇਸ ਕਰਕੇ ਕਹਿ ਰਿਹਾ ਸਾਂ ਕਿ ਅਗਰ ਤੁਸੀਂ ਇਹਨਾਂ ਨਾਲ ਜ਼ਿਆਦਾ ਮਾਲੂਮਾਤ ਕਰਨਾ ਚਾਹੁੰਦੇ ਹੋ ਇੱਕ ਮਿੰਟ ਬੇਟਾ ਇੱਕ ਮਿੰਟ ਅਗਰ ਜੇ ਤੁਸੀਂ ਇਹਨਾਂ ਨੂੰ ਜ਼ਿਆਦਾ ਮਾਲੂਮਾਤ ਚਾਹੁੰਦੇ ਹੋ ਉਹਨਾਂ ਦੇ ਇੱਥੇ ਦਿਮਾਗ ਨੇ ਉਹਨਾਂ ਨਾਲ ਰਾਬਤਾ ਕਰ ਲਓ ਜਾਂ ਉਹਨਾਂ ਦੇ ਬੇਟੇ ਨੇ ਮੁਲਤਾਨ 'ਚ ਮੇਰੇ ਨਾਲ ਕੋਈ ਖਾਤੂਨ ਆ ਜਾਏਗੀ ਮੇਰੀ ਕਲਾਸ ਫੈਲੋ ਆ ਜਾਏਗੀ ਹਾਂ ਬਿਲਕੁਲ ਆ ਸਕਦੀ ਹੈ ਲੜਕੀਆਂ ਆ ਜਾਣਗੀਆਂ ਉਹਨਾਂ ਦੀ ਬੇਟੀ ਨੂੰ ਮਿਲ ਲੈਣਗੀਆਂ ਜ਼ਰੂਰ ਨਹੀਂ ਹਾਂ ਉਹ ਤੇ ਮਾਲੂਮਾਤ ਕਰ ਅਗਰ ਭਾਈ ਮੈਂ ਤੇ ਜਿੰਨਾ ਤੁਸੀਂ ਮੈਂ ਪੁੱਛਿਆ ਮੈਂ ਜਿੰਨਾ ਜਾਣਨਾ ਕੋਈ ਬੰਦਾ ਯਾਨੀ ਕਿ ਹਯਾਤ ਹੈ ਕੋਈ ਜ਼ਿੰਦਾ ਹੈ ਜਿਹੜਾ ਬੰਦਾ ਅਮੀਰ ਦੇ ਨਾਲ ਪ੍ਰੋਗਰਾਮ ਕਰਦਾ ਹੁੰਦਾ ਸੀਗਾ ਹਾਂ ਬਿਲਕੁਲ ਹੈ ਮੁਲਤਾਨ 'ਚ ਨੇ ਮੁਲਤਾਨ 'ਚ ਨਹੀਂ ਕਾੜੇ 'ਚ ਕੋਈ ਨਹੀਂ ਹੈਗਾ ਕਾੜੇ 'ਚ ਉਹਨਾਂ ਦੇ ਆਰਟਿਸਟ ਹੈ ਹੀ ਨਹੀਂ ਸੀ ਅੱਛਾ ਉਹਨਾਂ ਦੇ ਆਰਟਿਸਟ ਸਾਰੇ ਮੁਲਤਾਨ 'ਚ ਸੀ ਇਹ ਜਿਹੜੇ ਉਹਦੇ ਨਾਲ ਜਿਹੜਾ ਡਾਂਸ ਵਗੈਰਾ ਕਰਦਾ ਸੀ ਉਹ ਵੀ ਮੁੰਡਾ ਇੱਕ ਉਹਦਾ ਨਾਂ ਸਤਾਰ ਸੀ ਅੱਛਾ ਉਹ ਡਾਂਸ ਕਰਦਾ ਨਾਂ ਤੁਸੀਂ ਦੱਸ ਸਕਦੇ ਹਾਂ ਮੈਂ ਦੱਸ ਦਿੰਦਾ ਜਿੰਨੇ ਕਿ ਮੈਨੂੰ ਨਾਮ ਯਾਦ ਨੇ ਇੱਕ ਚੰਦਗੀ ਹੈ ਉਹਦਾ ਨਾਂ ਜੀ ਚੰਦਗੀ 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 ਦਾ ਨਾਂ ਤਾਂ ਜ਼ਿਆਦਾ ਮਸ਼ਹੂਰ ਹੈ ਅੱਛਾ ਚੰਦਗੀ ਉਹ ਆਪਣਾ ਮੁਲਤਾਨ ਦੇਵ ਹੈ ਨਾਲਾ ਵਲੀ ਮੁਹੰਮਦ ਦੇ ਨਾਲ ਦੱਸੋ ਵੀ ਉਹ ਡਾਂਸ ਕਰਦਾ ਹੁੰਦਾ ਸੀ ਯਾਨੀ ਕਿ ਕਹਿੰਦਾ ਹੁੰਦਾ ਸੀ ਸੀਨੀਅਰ ਅਤੇ ਜੂਨੀਅਰ ਉਹ ਸੀਨੀਅਰ ਯਾਨੀ ਕਿ ਰੋਲ ਕਰਦਾ ਸੀ ਡਾਂਸ ਦੇ ਵਿੱਚ ਯਾਨੀ ਕਿ ਲੇਡੀਜ਼ ਦਾ ਰੂਪ ਦਿੰਦਾ ਸੀ ਯਾਨੀ ਕਿ ਵੱਡਾ ਰੂਪ ਦਿੰਦਾ ਸੀ ਯਾਨੀ ਕਿ ਬੰਦੇ ਤੋਂ ਬਾਅਦ ਨਾ ਉਹ ਮਰਦ ਯਾਨੀ ਕਿ ਮਰਦ ਦੀ ਆਵਾਜ਼ ਬੰਦੇ ਨੇ ਦੇਣੀ ਹੁੰਦੀ ਸੀ ਅਤੇ ਲੇਡੀਜ਼ ਦੀ ਆਵਾਜ਼ ਉਹਨੇ ਦੇਣੀ ਹੁੰਦੀ ਸੀ ਚੰਦਗੀ ਨੇ ਉਹਦਾ ਨਾਂ ਸੀ ਚੰਦਗੀ ਅਤੇ ਜ਼ਿੰਦਾ ਹਯਾਤ ਹੈ ਹਲੇ ਅਤੇ ਕਾਫੀ ਉਮਰ ਹੈ ਮਿਹਰਬਾਨੀ ਅਤੇ ਉਹ ਚੰਦਗੀ ਉਹਦਾ ਨਾਂ ਸੀ ਇੱਕ ਉਹਦਾ ਨਾਂ ਸੀ ਸਤਾਰ ਉਹ ਬੰਗਰੂਆਂ ਦਾ ਮੁੰਡਾ ਸੀ ਬੰਗਰੂਏ ਕੌਮ ਇੱਕ ਉਹ ਵੀ ਹਿੰਦੁਸਤਾਨੀ ਨੇ ਉਹਨਾਂ ਦਾ ਮੁੰਡਾ ਮੇਰਾ ਖਿਆਲ ਗਲਬਨ ਸ਼ਾਇਦ ਉਹ ਜ਼ਿੰਦਾ ਜਾਂ ਨਹੀਂ ਮੈਨੂੰ ਕਾਫੀ ਅਰਸਾ ਹੋ ਗਿਆ ਮੈਨੂੰ ਇੱਕੋ ਹੈਗਾ ਅਤੇ ਇੱਕ ਸਰਵਰ ਹੁੰਦਾ ਸੀ ਉਹਦੇ ਨਾਲ ਕੀ ਕਰਦਾ ਸੀ ਮੁੰਡਾ ਤੁਸੀਂ ਦੱਸਿਆ ਦੂਸਰਾ ਬੰਦਾ ਉਹ ਵੀ ਨਾ ਯਾਨੀ ਕਿ ਲੇਡੀਜ਼ ਹੀ ਕੰਮ ਕਰਦਾ ਸੀ ਉਹ ਵੀ ਲੇਡੀਜ਼ ਹੀ ਕੰਮ ਕਰਦਾ ਸੀ ਮਗਰ ਉਸ ਤੋਂ ਬਾਅਦ ਚੰਦਗੀ ਤੋਂ ਬਾਅਦ ਉਹਦਾ ਰੋਲ ਹੁੰਦਾ ਹੁੰਦਾ ਸੀ ਅਤੇ ਇੱਕ ਹੁੰਦਾ ਹੁੰਦਾ ਸੀ ਉਹਦੇ ਨਾਲ ਇੱਕ ਹੋਰ ਬੰਦਾ ਹੁੰਦਾ ਹੁੰਦਾ ਸੀ ਯਾਨੀ ਕਿ ਜਿਵੇਂ ਪੰਜਾਬੀ ਫਿਲਮੀ ਗਾਣੇ ਯਾਨੀ ਕਿ ਗਵਾਣੇ ਯਾਨੀ ਕਿ ਪੰਜਾਬੀ ਮੌਲਵੀ ਦੇ ਵਿੱਚ ਹੁੰਦਾ ਹੁੰਦਾ ਸੀ ਨਾ ਲੋਕਾਂ ਦੇ ਜਿੱਥੇ ਹਿੰਦੁਸਤਾਨੀ ਸਾਰੇ ਦੇ ਨਹੀਂ ਸਾਰੇ ਪੰਜਾਬੀ ਵੀ ਹੁੰਦੇ ਉੱਥੇ ਗਾਣੇ ਦੁਆਤੇ ਇੱਕ ਫੁੱਲ ਮੋਤੀ ਇਹਦਾ ਲਓ ਜੀ ਅਮੀਰ ਸਾਹਿਬ ਵੀ ਆ ਗਏ ਨੇ ਹਾਂਜੀ ਅਮੀਰ ਸਾਹਿਬ ਅਮੀਰ ਸਾਹਿਬ ਦਾ ਕਰਦੇ ਹਾਂ ਹਾਂ ਅੱਛਾ ਇਹ ਇਹਨਾਂ ਦਾ ਮਾਹੌਲ ਬਣ ਜਾਂਦਾ ਅਤੇ ਇਸੇ ਤਰੀਕੇ ਨਾਲ ਕੋਈ ਘੜੇ ਵਾਲਾ ਹੋ ਗਿਆ ਕੋਈ ਢੋਲਕ ਵਾਲਾ ਹੋ ਗਿਆ ਕੋਈ ਵਾਜੇ ਵਾਲਾ ਹੋ ਗਿਆ ਕੋਈ ਐਸਾ ਹੋ ਗਿਆ ਅਤੇ ਬੰਦੇ ਮੀਰ ਕਾ ਕੇ ਗੋਤ ਥਾ ਜੀ ਮੁਹੰਮਦ ਇਕਬਾਲ ਇੱਕ ਮਿੰਟ ਮੈਂ ਗੋਤ ਤੁਹਾਨੂੰ ਦਾ ਗੋਤ ਦੱਸ ਦੇਣਾ ਬਾਅਦ ਚੋਂ ਬੰਦਾ ਮੀਰ ਦੇ ਇੱਕ ਬਹੁਤ ਚਾਹਣ ਵਾਲੇ ਜਾਂ ਬੰਦਾ ਮੀਰ ਉਹ ਦੱਸਣਗੇ ਆਪ ਬੰਦਾ ਮੀਰ ਨਾਲ ਉਹਨਾਂ ਦਾ ਕੀ ਤਲਕ ਸੀ ਇਕਬਾਲ ਸਾਹਿਬ ਨਾਲ ਸਾਡੀ ਗੱਲ ਇੱਥੇ ਪੂਰੀ ਹੁੰਦੀ ਹੈ ਇਕਬਾਲ ਸਾਹਿਬ ਸਾਡੀ ਅਗਲੀ ਗੁਫ਼ਤਗੂ 'ਚ ਵੀ ਹਿੱਸਾ ਰਹਿਣਗੇ ਖੈਰ ਦੁਬਾਰਾ ਰਿਕਾਰਡਿੰਗ ਅਗਲੀ ਗੁਫ਼ਤਗੂ 'ਚ ਜਾਰੀ ਕਰਦੇ ਹਾਂ ਥੈਂਕ ਯੂ ਅੱਲਾ ਹਾਫਿਜ਼ राम राम जी।
वीडियो किसी लागी? वीडियो बढ़िया लागी हो तो हमारे चैनल मिशन हरियाणा ने करो सब्सक्राइब, लाइक और शेयर भी। घंटी जरूर दाब दियो ताकि मारे हर नए वीडियो की नोटिफिकेशन आप द्वारा सप्ताह पहले पहुंच जाए। धन्यवाद।